Assalamualaikum ji, main toda apna host Baba ji, Save Historical Places of Pakistan, Save Gurdwaras and Temples of Pakistan, Punjabi Culture and Heritage, Khalsa Raj Footsteps in Pakistan. Khalsa Raj Footsteps nu leke aaj main pahunchi haan pind Mullanpur Chak 52 GB. Mullanpur da purana naam jada si Shimya Singh wala si aur Sardar Shimya Singh is pind da pehla nambardar si. और मेरे दोस्त जड़े ने सरदार कपूर सिंह जड़े ने उदे पड़पोतरे ने यानी कि ग्रैंड ग्रैंड सन जड़े ने उन्हें 1947 दे विच वो शिफ्ट हो गए. उन्हें पूरी फैमिली सरदार कपूर सिंह की फैमिली तमाम लोग जड़े सन वो शिफ्ट हो गए ईस्ट पंजाब नू लुधियाना दे लागे जाके जा वसे. उत्थे एक मुसलमाना दा पिंड है बड़ा वड्डा. वो पिंड खाली होया उत्थे दे लोग उजड़ के इत्थे आ गए और ਇੱਥੇ ਵਾਲੇ ਜਿਹੜੇ ਲੋਕ ਸੀ ਉਜੜ ਕੇ ਉਹ ਉੱਥੇ ਚਲੇ ਗਏ. ਅਤੇ ਇਹਨਾਂ ਦੀ ਦਾਦੇ ਵਾਲੀ ਮੈਂ ਦੇਖ ਕੇ ਹੈਰਾਨ ਹੋ ਗਿਆ. ਜਿੰਨੇ ਕਲੂ ਮੈਨੂੰ ਇਹਨਾਂ ਦੱਸੇ ਸੀ ਇਹ ਉਸ ਤੋਂ ਬਹੁਤ ਜ਼ਿਆਦਾ ਵੱਧ ਹੈ. ਜਗ੍ਹਾ ਕਮ ਅਜ਼ ਕਮ ਇੱਕ ਕਿਲੇ ਦੇ ਉੱਤੇ ਇੱਕ ਕਿਲੇ ਦੇ ਵਿੱਚ ਜਿਹੜਾ ਉਹ ਗੁਰਦੁਆਰਾ ਹੈ ਔਰ ਉਹਦੇ ਨਾਲ ਹੀ ਘਰ ਜੁੜਿਆ ਹੋਇਆ, ਪਿੱਛੇ ਹਵੇਲੀ ਹੈ. ਤਮਾਮ ਔਕਲੋਜ਼ ਦੇ ਮੈਨੂੰ ਹੁਣ ਤੱਕ ਤਕਰੀਬਨ ਮੈਂ 8 ਦਰਵਾਜ਼ੇ ਦੇਖ ਚੁੱਕਿਆ ਵਾਂ ਜਿਹੜੇ ਕਿ ਬਹੁਤ ਚੰਗੀ ਹਾਲਤ ਦੇ ਵਿੱਚ ਨੇ. ਬਲੈਕ ਟਿਕਵੁੱਡ ਦੇ ਬਣੇ ਹੋਏ ਨੇ. ਮੈਂ 2 ਘਰਾਂ 'ਚ ਪਹਿਲੇ ਦਿਖਾ ਚੁੱਕਿਆ, ਹੁਣ ਮੈਂ ਤੀਸਰੇ ਘਰ 'ਚ ਆਇਆ. ਐਕਚੁਅਲੀ ਜਿਨ੍ਹਾਂ ਲੋਕਾਂ ਨੂੰ ਇਹ ਅਲਾਟ ਹੋਈ ਸੀ, ਜਿਹੜੇ ਬਜ਼ੁਰਗਾਂ ਨੂੰ ਹੋਈ ਸੀ, ਅਤੇ ਉਹਨਾਂ ਦੇ ਫਿਰ ਅੱਗੋਂ ਭਾਈ ਸਨ, ਉਹਨਾਂ ਦੇ 'ਚ ਵੀ ਵੰਡੀਆਂ ਪਈਆਂ, ਫਿਰ ਅੱਗੋਂ ਔਲਾਦ ਨੂੰ ਵੰਡੀਆਂ ਪਈਆਂ. ਅਤੇ ਘਰਾਂ ਦਾ ਸਾਈਜ਼ ਛੋਟਾ ਛੋਟਾ ਹੁੰਦਾ. ਉਹ ਕਿਲਾ ਜਿਹੜਾ ਸਮਝ ਲਓ ਤੁਸੀਂ ਕਿ ਹੁਣ ਜਿਹੜਾ ਉਹ ਕਿਸੇ ਨੂੰ 5 ਮਰਲੇ ਆ, ਕਿਸੇ ਨੂੰ 10 ਮਰਲੇ ਆ, ਕਿਸੇ ਨੂੰ 10 ਮਰਲੇ, ਕਿਸੇ ਨੂੰ 5 ਮਰਲੇ, ਇੱਦਾਂ ਕਰਕੇ ਉਹ ਜਗ੍ਹਾ ਜਿਹੜੀ ਆ ਪੂਰੀ ਹੋਈ ਹੈ. ਲੇਕਿਨ ਬੜੀ ਗੱਲ ਹੈ ਕਿ ਘਰ ਦੇ ਵਿੱਚ ਅੱਜ ਵੀ ਉਹੀ ਚੀਜ਼ਾਂ ਔਰ ਉਹੀ ਮਟੀਰੀਅਲ ਯੂਜ਼ ਕੀਤਾ ਗਿਆ, ਰੀਯੂਜ਼ ਕੀਤਾ ਗਿਆ ਇਨ ਕੰਸਟਰਕਸ਼ਨ. ਕਿਸ ਤਰੀਕੇ ਨਾਲ ਯੂਜ਼ ਕੀਤਾ ਗਿਆ ਆਓ ਮੈਂ ਤੁਹਾਨੂੰ ਦਿਖਾਉਣਾ ਵਾਂ. ਇਹ ਦੇਖੋ ਤੁਸੀਂ ਕਿੱਡੇ ਸੋਹਣੇ ਬੂਹੇ ਨੇ, ਪੁਰਾਣੇ ਹਿਸਟੋਰੀਕਲ ਦਰਵਾਜ਼ੇ ਜਿਹੜੇ ਆ ਪ੍ਰੀ ਪਾਰਟੀਸ਼ਨ ਦੇ. ਅੱਜ ਵੀ ਦੇਖ ਕੇ ਜਿਨ੍ਹਾਂ ਨੂੰ ਪਤਾ ਲੱਗਦਾ ਬਣਾਉਣ ਵਾਲੇ ਦੀ ਬੰਦਾ ਤਾਰੀਫ ਕਰਨੋਂ ਨਹੀਂ ਰਹਿ ਸਕਦਾ ਕਿ ਵੀ ਇਹ ਕਿੱਡੇ ਸੋਹਣੇ, ਕਿੰਨੀ ਮਿਹਨਤ ਦੇ ਨਾਲ ਔਰ ਕਿੰਨਾ ਉਸ ਵੇਲੇ ਪਿਆਰ ਮੁਹੱਬਤ ਸੀਗਾ ਕਿ ਵੀ ਇੰਨੀ ਸੋਹਣੇ ਤਰੀਕੇ ਨਾਲ ਜਿਹੜੀ ਸੀ ਬਣਾਵਟ ਕੀਤੀ ਜਾਂਦੀ ਸੀ ਕਿ ਆਉਣ ਵਾਲੀ ਨਸਲ ਜਿਹੜੀ ਹੈ ਹੁਣ ਤੱਕ ਇਸਤੇਮਾਲ ਕਰ ਰਹੀ ਔਰ ਉਹ ਚੀਜ਼ਾਂ ਖਰਾਬ ਨਹੀਂ ਹੁੰਦੀਆਂ. ਇਹ ਤੁਸੀਂ ਦੇਖੋ ਛੱਤ ਨੂੰ ਲੱਗੀ ਹੋਈ, ਇਹ ਛੱਤ ਨੂੰ ਲੱਗੀ ਹੋਈ ਲੱਕੜ ਜਿਹੜੀ ਹੈ ਸੇਮ ਉਹੀ ਦੀ ਉਹੀ ਹੈ ਜਿਹੜੀ ਕਿ ਪ੍ਰੀ ਪਾਰਟੀਸ਼ਨ ਵਾਲੀ ਹੈ ਔਰ ਉਹੀ ਇਹ ਚੌਕਾ ਨਹੀਂ ਹੈ. ਇਹ ਚੌਕਾ ਜਿਹੜਾ ਉਹ ਚੇਂਜ ਹੈ, ਨਾਨਕਸ਼ਾਹੀ ਨਹੀਂ ਹੈ. ਇਹ ਉਸ ਤੋਂ ਬਾਅਦ ਵਾਲਾ ਜਿਹੜਾ ਉਹ ਹੈ. ਇਹ ਤੁਸੀਂ ਦੇਖੋ ਜਿਹੜੇ ਸ਼ਤੀਰੀਆਂ ਜਿਹੜੀਆਂ ਨੇ ਬਲੈਕ ਟਿਕਵੁੱਡ ਦੀਆਂ, ਹੁਣ ਤੱਕ ਉਹਨਾਂ ਦਾ ਅਸਲ ਰੰਗ ਜਿਹੜਾ ਉਹ ਬਰਕਰਾਰ ਹੈ. ਅਮੇਜ਼ਿੰਗ ਹੈ. ਮੈਂ ਉਹਨਾਂ ਨੂੰ ਸਲਾਮ ਕਰਨਾ ਵਾਂ ਘਰ ਵਾਲਿਆਂ ਨੂੰ ਕਿ ਜਿਨ੍ਹਾਂ ਨੇ ਇਹ ਇਹਨਾਂ ਚੀਜ਼ਾਂ ਨੂੰ ਖਤਮ ਹੋਣ ਤੋਂ. ਉਹ ਦੇਖੋ ਇੱਕ ਲੱਕੜੀ ਦੀ ਅਲਮਾਰੀ ਹੈ, ਇਹ ਵੀ ਤੁਹਾਡੇ ਬਜ਼ੁਰਗਾਂ ਦੇ ਹੱਥ ਦੀ ਲੱਗੀ ਹੋਈ ਹੈ. ਗੱਲ ਜਦੋਂ ਵੀ ਆਉਂਦੀ ਹੈ ਖਾਲਸਾ ਰਾਜ ਫੁੱਟਸਟੈਪਸ ਦੇ ਮੁਤਲਕ, ਅਤੇ 80% ਜਿਹੜੇ ਖਾਲਸਾ ਰਾਜ ਫੁੱਟਸਟੈਪਸ ਨੇ ਇਨ ਪਾਕਿਸਤਾਨ ਨੇ. ਮੈਂ ਨੌਰਥ ਵੈਸਟ ਉੱਤੇ ਬਹੁਤ ਕੰਮ ਕੀਤਾ, ਲੇਕਿਨ ਸੈਂਟਰਲੀ ਪੰਜਾਬ ਜਿਹੜਾ ਪੁਰਾਣਾ ਲਾਇਲਪੁਰ ਹੈ, ਲਾਇਲਪੁਰ ਤੋਂ ਅਗਰ ਤੁਸੀਂ ਨਿਕਲਦੇ ਹੋ ਅਮੀਨਪੁਰ ਚੌਕ, ਅਮੀਨਪੁਰ ਚੌਕ ਝੰਗ ਰੋਡ ਤੋਂ ਅਗਰ ਤੁਸੀਂ ਸੱਜੇ ਪਾਸੇ ਮੁੜਦੇ ਹੋ ਸਰਗੋਧਾ ਰੋਡ ਵਾਲੇ ਪਾਸੇ, ਅਤੇ ਉੱਥੋਂ ਚੰਦ ਕਿਲੋਮੀਟਰ ਦੇ ਫਾਸਲੇ ਦੇ ਉੱਤੇ ਨਿਊ ਸਾਡੀ ਜਿਹੜੀ ਮੋਟਰਵੇਅ ਹੈ ਉਹ ਫੈਸਲਾਬਾਦ ਤੋਂ ਗੋਜਰਾ ਜਿਹੜੀ ਬਣੀ ਹੈ ਉਹਦੇ ਕੋਲ ਬਿਲਕੁਲ ਤਕਰੀਬਨ ਹਾਰਡਲੀ 2 ਕਿਲੋਮੀਟਰ ਦਾ ਫਾਸਲਾ ਹੈ. ਉੱਥੇ ਪਿੰਡ ਹੈ ਚੱਕ 52 GB ਮੁੱਲਾਂਪੁਰ ਔਰ ਸ਼ਾਂਗਾ ਸਿੰਘ ਵਾਲੀ. ਪ੍ਰੀ ਪਾਰਟੀਸ਼ਨ ਜਿਹੜਾ ਨਾਮ ਸੀ ਸ਼ਾਂਗਾ ਸਿੰਘ ਵਾਲੀ ਸੀ ਔਰ ਉਸ ਤੋਂ ਬਾਅਦ ਫਿਰ ਚੱਕ ਦੇ ਨਾਮ ਤੋਂ ਮਸ਼ਹੂਰ ਹੋਇਆ. ਸਰਦਾਰ ਬੂਟਾ ਸਿੰਘ ਜੀ ਇਹ ਤੁਹਾਡੇ ਜਿਹੜੇ ਫੋਰਫਾਦਰਸ ਨੇ ਉਹਨਾਂ ਦੇ ਨਿਸ਼ਾਨਾਤ ਨੇ ਔਰ ਅੱਜ ਵੀ ਤੁਸੀਂ ਦੇਖ ਲਓ ਕਿ ਲੋਕਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਪ੍ਰਿਜ਼ਰਵ ਕੀਤੇ ਹੋਏ ਆ ਘਰ, ਕਿਉਂਕਿ ਮਿੱਟੀ ਦੇ ਬਣੇ ਹੋਏ ਸੀ, ਚਨਾਈ ਮਿੱਟੀ ਦੀ ਹੋਈ ਸੀ, ਇਸ ਕਾਰਨ ਉਹ ਜਿਹੜੇ ਪੁਰਾਣੇ ਘਰ ਸਨ ਉਹ ਖਤਮ ਹੋ ਗਏ. ਲੇਕਿਨ ਉਹਨਾਂ ਦੇ ਵਿੱਚ ਜਿਹੜਾ ਅੱਛਾ ਮਟੀਰੀਅਲ ਲੱਗਾ ਹੋਇਆ ਸੀ ਕੰਸਟਰਕਸ਼ਨ ਦੇ ਦੌਰਾਨ, ਯਾਨੀ ਕਿ ਜਿਹੜਾ ਕਿ ਬਲੈਕ ਟਿਕਵੁੱਡ ਦਾ ਕੰਮ ਸੀ ਉਹ ਮੈਂ ਤੁਹਾਨੂੰ ਅੱਗੇ ਵੀ ਦਿਖਾਇਆ 2 ਘਰਾਂ 'ਚ ਔਰ ਮੈਂ ਤੀਸਰੇ ਘਰ ਦੇ ਵਿੱਚ ਦਿਖਾ ਰਿਹਾ ਵਾਂ. ਤਾਂ ਫਿਰ ਤੁਸੀਂ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ. ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਕਲਾਸ ਨੂੰ ਲੈ ਕੇ.
ਹਮੇਸ਼ਾ ਕਿਤੇ ਵੀ ਕੋਈ ਚਲਾ ਜਾਂਦਾ ਹੈ ਤੇ ਬਾਦੋਂ ਉਸ ਦੀਆਂ ਸਿਰਫ ਯਾਦਾਂ ਰਹਿ ਜਾਂਦੀਆਂ ਨੇ। ਯਾਦਾਂ ਕਦੇ ਕਦੇ ਖੋਰੀਆਂ ਹੁੰਦੀਆਂ ਨੇ ਔਰ ਕਦੀਆਂ ਕਦੇ ਅੱਛੀਆਂ ਹੁੰਦੀਆਂ ਨੇ। ਜੋ ਲੋਕ ਤਾਂ ਸੇਫਲੀ ਇਸ ਪੰਜਾਬ ਨੂੰ ਪਹੁੰਚ ਗਏ ਉਹਨਾਂ ਦੀਆਂ ਤੇ ਯਾਦਾਂ ਜਿਹੜੀਆਂ ਨੇ ਅੱਛੀਆਂ ਨੇ, ਔਰ ਜਿਨ੍ਹਾਂ ਲੋਕਾਂ ਨੂੰ ਕਟਵਰਡ ਹੋਇਆ ਉਹਨਾਂ ਵਾਸਤੇ ਉਹ ਯਾਦਾਂ ਜਿਹੜੀਆਂ ਨੇ ਉਨੀਆਂ ਹੀ ਬਿਟਰ ਨੇ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ 47 ਦੀ ਵੰਡ ਬਾਰੇ, 47 ਦੀ ਵੰਡ ਬਾਰੇ ਪੰਜਾਬ ਦੇ ਉੱਤੇ ਲੱਗੀ ਲੀਕ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖੋ ਮੇਰਾ ਪੇਜ ਖੋਰੇ ਸੱਚ 47 ਦਾ ਫਿਲ ਵਕਤ ਮੈਂ ਦਿਖਾ ਰਿਹਾ ਵਾਂ। ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।